ਜੈਨ ਦੋਸਤੋ, ਮੈਂ ਪ੍ਰੀਤਮ ਸਿੰਘ, ਪ੍ਰੀਤਮ ਫਿਟਾਰਮੀ ਦਾ ਫਾਊਂਡਰ ਇੰਸਟਰਕਟਰ। ਦੋਸਤੋ, ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜੋ ਪੇਪਰ ਤੁਹਾਡਾ ਚੱਲ ਰਿਹਾ ਪੰਜਾਬ ਪੁਲਿਸ ਕਾਂਸਟੇਬਲ 2024 ਦੇ, ਉਹਦੇ ਬਾਰੇ ਜੋ ਸ਼ਿਫਟਾਂ ਦੇ ਵਿੱਚ ਕੁਸ਼ਚਨ ਆ ਰਹੇ ਨੇ ਉਹਨਾਂ ਬਾਰੇ ਤੁਹਾਨੂੰ ਕੁਸ਼ਚਨ ਦੱਸਾਂਗੇ। ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਇਹ ਨਹੀਂ ਦੱਸਾਂਗੇ ਕਿ ਹਿਸਟਰੀ 'ਚ ਹੋਇਆ ਜਾਂ ਪੋਲਟੀ ਹੋਇਆ ਨਾ, ਆਪਾਂ ਤੁਹਾਨੂੰ ਡਾਇਰੈਕਟ ਕੁਸ਼ਚਨ ਦੱਸਾਂਗੇ ਹਿਸਟਰੀ ਦੇ ਕਿਹੜੇ ਕੁਸ਼ਚਨ ਸੀਗੇ, ਪੋਲਟੀ ਦੇ ਕਿਹੜੇ ਕੁਸ਼ਚਨ, ਮੈਥ ਦੇ ਕਿਹੜੇ ਕੁਸ਼ਚਨ ਸੀਗੇ, ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਕਿਸ ਤਰ੍ਹਾਂ ਦੇ ਕੁਸ਼ਚਨ ਆ ਜਿਹੜੇ ਤੁਹਾਡੇ ਰਿਪੀਟ ਆਊਟ ਹੋ ਰਹੇ ਨੇ, ਤਾਂ ਕਿ ਤੁਸੀਂ ਉਸ ਚੀਜ਼ ਲੈ ਕੇ ਧਿਆਨ ਰੱਖੋ। ਕਰਦੇ ਸ਼ੁਰੂ ਜੀ। ਫਸਟ ਆਫ ਆਲ ਤਾਂ ਜੀ, ਇਸ ਕੁੜੀ ਨੂੰ ਵਧਾਈਆਂ ਦਿਓ ਨੀਚੇ ਕਮੈਂਟ ਦੇ ਵਿੱਚ, ਕਿਉਂਕਿ ਕੁੜੀ ਨੇ SSC ਦਾ ਜਿਹੜਾ ਪੇਪਰ ਆ ਜਿਹੜਾ ਉਹ ਪਾਸ ਕਰ ਲਿਆ ਹੈ। ਬਹੁਤ ਬਹੁਤ ਵਧਾਈਆਂ ਕਹੋ ਮੈਨੂੰ, ਠੀਕ ਹੈ, ਅਤੇ ਬਹੁਤ ਵਧੀਆ ਰੈਂਕਿੰਗ ਆਈ ਆ ਪੂਰੇ ਆਲ ਇੰਡੀਆ ਦੇ ਵਿੱਚੋਂ। ਤਾਂ ਜੇ ਤੁਸੀਂ ਵੀ SSC ਦਾ ਕਿਸੇ ਨੇ ਦਿੱਤਾ ਸੀ ਐਗਜ਼ਾਮ ਜੇ ਕਿਤੇ ਕਲੀਅਰ ਹੋਏ ਤਾਂ ਨੀਚੇ ਜ਼ਰੂਰ ਕਮੈਂਟ ਕਰਿਓ। ਤਾਂ ਹੁਣ ਤਾਂ ਫਿਜ਼ੀਕਲ ਆ, ਵੈਸੇ ਵੀ ਫਿਜ਼ੀਕਲ ਦਾ ਓਕੇ ਸਾਡਾ ਕੰਮ, ਅਤੇ ਚਲੋ ਹੁਣ ਆਪਾਂ ਮੇਨ ਮੁੱਦੇ 'ਤੇ ਆਉਣਾ, ਤੁਹਾਡੇ ਕੁਸ਼ਚਨ ਸ਼ੁਰੂ ਕਰਦੇ ਹਾਂ। ਗਵਰਨਰ ਰਿਲੇਟਡ ਕੁਸ਼ਚਨ ਪੁੱਛੇ ਜਾ ਰਹੇ, ਜਾਂ ਤਾਂ ਉਹਨਾਂ ਦੀ ਕੁਆਲੀਫਿਕੇਸ਼ਨ ਹੋ ਗਈ, ਜਾਂ ਉਹ ਕਿਹੜੇ ਆਰਟੀਕਲ ਨਾਲ ਰਿਲੇਟ ਕਰਦੇ ਆ, ਅਤੇ ਲੋਕ ਸਭਾ ਦਾ ਕੁਸ਼ਚਨ ਪੁੱਛ ਰਿਹਾ, ਲੋਕ ਸਭਾ 'ਚੋਂ ਵੀ ਇੱਕ ਦੋ ਕੁਸ਼ਚਨ ਬਣ ਰਹੇ ਆ, ਅਤੇ ਮਿਊਨਸੀਪੈਲਿਟੀਜ਼ ਨਗਰ ਪਾਲਿਕਾਵਾਂ ਤੋਂ ਵੀ ਇੱਕ ਅੱਧਾ ਕੁਸ਼ਚਨ ਉਹ ਜਿਹੜੇ ਆ ਉਹ ਰਿਪੀਟ ਕਰ ਰਹੇ ਆ, ਜਿਵੇਂ ਫੰਡਾਮੈਂਟਲ ਫੰਡਾਮੈਂਟਲ ਡਿਊਟੀਜ਼ ਹੈਗੇ ਕਿਹੜੇ ਆਰਟੀਕਲ ਦੇ ਅੰਡਰ ਆ ਰਹੇ ਆ, ਉਹ ਇਹ ਕੁਸ਼ਚਨ ਆ ਰਿਹਾ, ਅਤੇ ਹਿਸਟਰੀ 'ਚ ਤਾਂ ਵਾਰ ਰਿਲੇਟਡ ਕੁਸ਼ਚਨ ਆ, ਉਹਨਾਂ ਦੀ ਲੋਕੇਸ਼ਨ ਪੁੱਛੀ ਜਾ ਰਹੀ ਹੈ ਵੀ ਕਿਹੜੀ ਜਿਹੜੀ ਵਾਰ ਆ ਉਹ ਕਿੱਥੇ ਹੋਈ ਸੀਗੀ, ਕਿਹੜੇ ਸਨ 'ਚ ਹੋਈ ਸੀ, ਇਹ ਪੁੱਛੇ ਜਾ ਰਹੇ ਆ। ਮੇਨਲੀ ਇੱਕ ਦੋ ਕੁਸ਼ਚਨ ਆਪਾਂ ਰਿਪੀਟ ਕਰਦੇ ਹਾਂ, ਦੱਸਦੀ ਜਿਵੇਂ ਸਰ ਪੰਜਾਬ ਜੀਕੇ 'ਚ ਪੁੱਛਿਆ ਹੋਇਆ ਕਿ 1966 ਦੇ ਵਿੱਚ, ਮਤਲਬ 1966 ਤੋਂ ਬਾਅਦ ਪੰਜਾਬ ਦਾ ਜਿਹੜਾ ਪਹਿਲਾ ਗਵਰਨਰ ਆ ਉਹ ਕੌਣ ਬਣਿਆ, ਅਤੇ ਪੰਜਾਬ 'ਚ ਜਿਵੇਂ ਆਪਸ਼ਨ ਦੇ ਕੇ ਉਹ ਪੁੱਛ ਰਿਹਾ ਕਿ ਕਿਹੜਾ ਦਰਿਆ ਜਿਹੜਾ ਪੰਜਾਬ 'ਚ ਹੁਣ ਨਹੀਂ ਵਗ ਰਿਹਾ, ਅਤੇ ਪੰਜਾਬ ਦੀ ਮਰਜ਼ੀ ਜ਼ਰੂਰ ਦਿਓ ਇਹਨਾਂ ਦੇ ਆਨਸਰ, ਜੋ ਜੋ ਵੀ ਕੁਸ਼ਚਨ ਪੁੱਛਣਾ ਤੁਸੀਂ ਨੀਚੇ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ। ਪੰਜਾਬ ਦੇ ਜਿਵੇਂ ਪੰਜਾਬ ਦੀ ਮਸਜਿਦ ਪੁੱਛ ਰਿਹਾ, ਜਿਵੇਂ ਆਪਸ਼ਨ ਦੇ ਕੇ ਉਹ ਪੁੱਛ ਰਿਹਾ ਕਿਹੜੀ ਮਸਜਿਦ ਪੰਜਾਬ ਦੇ ਵਿੱਚ ਆ, ਅਤੇ ਕਿਲੇ ਦੇ ਰਿਲੇਟਡ ਵੀ ਕੁਸ਼ਚਨ ਪੁੱਛ ਰਿਹਾ ਉਹ ਵੀ ਕਿਹੜਾ ਕਿਲਾ ਪੰਜਾਬ ਦੇ ਵਿੱਚ ਆ। ਪੰਜਾਬ 'ਚੋਂ ਇੱਦਾਂ ਦੇ ਹੀ ਕੁਸ਼ਚਨ ਪੁੱਛਿਆ, ਗੁਰੂਆਂ ਤੋਂ ਹੁਣ ਕੁਸ਼ਚਨ ਬਹੁਤ ਘੱਟ ਪੁੱਛੇ ਜਾ ਰਹੇ, ਮਤਲਬ ਗੁਰੂ ਸਾਹਿਬਾਨ ਆ ਉਹ ਬਹੁਤ ਘੱਟ ਪੁੱਛੇ ਜਾ ਰਹੇ ਆ, ਅਤੇ ਜਿਵੇਂ ਸੈਂਸਸ 2011 'ਚ ਸੀਗਾ ਉਹਨਾਂ ਨੇ ਇਹ ਪੁੱਛਿਆ ਕਿ ਸੈਂਸਸ 2011 ਦੇ ਵਿੱਚ ਜਿਹੜੀ ਪੰਜਾਬ ਦਾ ਲਿਟਰੇਸੀ ਰੇਟ ਆ, ਅਸਾਖਰਤਾ ਦਰ ਉਹ ਕਿੰਨੀ ਆ, ਮਤਲਬ ਕਿੰਨੇ ਪਰਸੈਂਟ ਆ, ਜਾਂ ਤਾਂ ਉਹ ਮਰਦਾਂ ਦੇ ਪੁੱਛ ਰਹੇ ਆ, ਔਰਤਾਂ ਦੇ ਪੁੱਛ ਰਹੇ, ਤਾਂ ਸੈਂਸਸ ਜ਼ਰੂਰ ਪੜ੍ਹ ਕੇ ਜਾਣੇ ਆ 2011 ਦੇ। ਅਤੇ ਉਸ ਤੋਂ ਬਾਅਦ ਹਿਸਟਰੀ 'ਚ ਉਹ ਇੱਕ ਕੁਸ਼ਚਨ ਪੁੱਛਿਆ, ਨੌਜਵਾਨ ਸਭਾ, ਜਿਹੜੀ ਨੌਜਵਾਨ ਸਭਾ ਉਹ ਕਿੰਨਾ ਨੇ ਸ਼ੁਰੂ ਕਰਵਾਈ, ਠੀਕ ਆ, ਕਿੰਨਾ ਦੁਆਰਾ ਚਲਾਈ ਗਈ, ਅਤੇ ਕਰੰਟ ਅਫੇਅਰ ਆ, ਜਿਵੇਂ ਸਰ ਭਗਤ ਸਿੰਘ ਸੀ, ਮਤਲਬ ਉਹਨਾਂ ਨੇ ਨੌਜਵਾਨ ਸਭਾ ਚਲਾਈ ਸੀ, ਤੇ ਆਪਾਂ ਜਿਹੜੇ ਦੋ ਉੱਪਰਲੇ ਕੁਸ਼ਚਨ ਸੀਗੇ ਗ੍ਰਾਮ ਪੰਚਾਇਤ ਵਾਲਾ, ਸਰ ਜਿਵੇਂ ਆਰਟੀਕਲ 51 ਆ ਇਹ ਆ, ਉਹਦੇ 'ਚ ਫੰਡਾਮੈਂਟਲ ਡਿਊਟੀਜ਼ ਆ ਗਈਆਂ ਆਪਣੀਆਂ, ਆਰਟੀਕਲ ਜਿਵੇਂ 44 ਆ ਉਸ ਯੂਨੀਫਾਰਮ ਸਿਵਲ ਕੋਡ ਨਾਲ ਰਿਲੇਟਡ ਆ, ਅਤੇ ਆਰਟੀਕਲ 40 ਆ ਜਿਵੇਂ ਉਹ ਵਿਲੇਜ ਪੰਚਾਇਤ ਦੁਆਰਾ ਹੈ ਨਾ, ਉਹਨਾਂ ਰਿਲੇਟਡ ਕੁਸ਼ਚਨ ਆ ਆਪਣੇ। ਅਤੇ ਜਿਵੇਂ ਕਰੰਟ ਅਫੇਅਰ ਆ, ਕਰੰਟ ਅਫੇਅਰ ਤਾਂ ਉਹੀ 2022-23 ਜ਼ਿਆਦਾਤਰ 2023-24 'ਚ, ਜਿਵੇਂ ਹੁਣ ਉਹਨਾਂ ਨੇ ਪੁੱਛਿਆ ਕਿ ਜਿਹੜਾ ਵੂਮੈਨ ਪ੍ਰੀਮੀਅਰ ਲੀਗ ਆ ਉਹ ਕਿਹੜੀ ਟੀਮ ਜਿੱਤੀ ਸੀ, ਜਾਂ ਫਿਰ ਖੇਲੋ ਇੰਡੀਆ ਯੂਥ ਗੇਮਸ ਆ ਉਹਨਾਂ 'ਚ ਟੋਪ ਕਿਹੜੀ ਸਟੇਟ ਨੇ ਕੀਤਾ, ਅਤੇ ਜੂਨੀਅਰ ਬੋਕਸਿੰਗ ਚੈਂਪੀਅਨਸ਼ਿਪ ਜਿਹੜੀ ਹੈਗੀ ਆ ਉਸ ਰਿਲੇਟਡ ਉਹ ਕੁਸ਼ਚਨ ਪੁੱਛ ਰਹੇ, ਕ੍ਰਿਕਟ ਰਿਲੇਟਡ, ਮਤਲਬ ਸਪੋਰਟਸ
ਤੇ ਅਵਾਰਡ ਕਿਹਨੂੰ ਮਿਲਿਆ, ਉਹ ਕਿਸ ਫੀਲਡ ਦੇ ਰਿਲੇਟਡ ਸੀਗਾ, ਅਵਾਰਡ ਦੇ ਰਿਲੇਟਡ ਕੁਐਸਚਨ ਪੁੱਛ ਰਿਹਾ। ਤੇ ਜਿਵੇਂ ਕੰਪਿਊਟਰ ਹੋ ਗਿਆ, ਕੰਪਿਊਟਰ ਪਹਿਲਾਂ ਤਾਂ ਜਿਵੇਂ ਈਮੇਲ ਦੇ ਜ਼ਿਆਦਾਤਰ ਕੁਐਸਚਨ ਪੁੱਛ ਰਹੇ ਸੀ, ਹੁਣ ਈਮੇਲ ਦੇ ਉਹਨਾਂ ਨੇ ਇੱਕ ਦੋ ਕੁਐਸਚਨ ਕਰਕੇ ਹੁਣ ਸ਼ੋਰਟਕੱਟ ਕੀਜ਼ ਪੁੱਛ ਰਿਹਾ, ਜਿਵੇਂ F5 ਕੋ ਸ਼ੋਰਟਕੱਟ ਕੀ ਪੁੱਛ ਰਹੇ ਹੋ, ਤੇ ਐਕਸਲ ਰਿਲੇਟਡ ਕੁਐਸਚਨ ਪੁੱਛ ਰਿਹਾ, ਰੀਸਾਈਕਲ ਬਿਨ ਦੇ ਕੁਐਸਚਨ ਪੁੱਛ ਰਿਹਾ। ਤਾਂ ਹੁਣ ਇਹ ਹੈ ਕਿ ਓਵਰਆਲ ਪੜ੍ਹਨਾ ਹੀ ਪੈਣਾ, ਪੜ੍ਹਨਾ ਹੀ ਪੈਣਾ। ਹਾਂਜੀ, ਮਤਲਬ ਪਹਿਲਾਂ ਆਪਾਂ ਕਹਿ ਰਹੇ ਸੀਗੇ ਕਿ ਈਮੇਲ ਦੇ ਕੁਐਸਚਨ ਜ਼ਿਆਦਾ ਆ ਰਹੇ, ਈਮੇਲ ਤਾਂ ਪੜ੍ਹਨਾ ਹੀ, ਉਹਦੇ ਨਾਲ ਜਿਹੜੀਆਂ ਸ਼ੋਰਟਕੱਟ ਕੀਜ਼ ਆ ਉਹ ਸਾਰਿਆਂ ਨੇ ਮਤਲਬ ਜਿੰਨੀਆਂ ਹੋ ਸਕੇ ਉਹ ਕਵਰ ਕਰਕੇ ਜਾਣਾ। ਤੇ ਐਕਸਲ ਰਿਲੇਟਡ ਤੇ ਪੰਜਾਬ ਜਿਹੜੀ ਪੰਜਾਬੀ ਆ ਉਹ ਪੰਜਾਬੀ ਜਿਹੜੀ ਪੰਜਾਬੀ ਇਹ ਆ ਉਹ 'ਚ ਤਾਂ ਉਹੀ ਨਾਂਵ ਪੜਨਾਂਵ ਦੀਆਂ ਕਿਸਮਾਂ ਵਗੈਰਾ ਹੋ ਗਈਆਂ ਉਹ ਪੁੱਛ ਰਿਹਾ, ਤੇ ਅਗੇਤਰ ਪਿਛੇਤਰ ਹੋ ਗਏ। ਲੇਕਿਨ ਜਿਹੜੀ ਇਹਦੇ 'ਚ 10 ਨੰਬਰ ਦੀ ਆ ਰਹੀ ਆ ਉਹਦੇ 'ਚ ਜਿਵੇਂ ਇੱਕ ਪੈਰਾ ਮਿਲਦੇ ਆ, ਪੈਰੇ 'ਚ ਕੁਐਸਚਨ ਉਹਦਾ ਸਿਰਲੇਖ ਹੋ ਗਿਆ, ਤੇ ਉਹਦੇ ਮੁਹਾਵਰੇ, ਮੁਹਾਵਰੇ ਵੀ ਮਤਲਬ ਇੰਨੇ ਟਿਪੀਕਲ ਨਹੀਂ ਆ ਰਹੇ, ਬਹੁਤ ਈਜ਼ੀ ਮੁਹਾਵਰੇ ਆ ਰਹੇ ਆ, ਤੇ ਹੋ ਜਾਂਦਾ ਇੰਗਲਿਸ਼ 'ਚ ਵੀ ਉਹਨਾਂ ਨੂੰ ਮਤਲਬ ਇੰਨੀ ਜ਼ਿਆਦਾ ਟਫ ਇੰਗਲਿਸ਼ ਨਹੀਂ ਆ। ਟਾਈਮ ਬਹੁਤ ਘੱਟ ਆ, ਕੰਮ ਬਹੁਤ ਜ਼ਿਆਦਾ ਕਰਨੇ ਵਾਲਾ, ਤਾਂ ਤੁਸੀਂ ਜ਼ਰੂਰ, ਮੈਂ ਕੋਸ਼ਿਸ਼ ਕਰਦਾ ਹਾਂ ਜਿੰਨਾ ਜਲਦੀ ਆਪਾਂ ਵੀਡੀਓ ਦੇ ਦੌਰਾਨ ਤੁਹਾਨੂੰ ਹੈਲਪ ਅਪ ਕਰ ਸਕੀਏ ਇਸ ਚੈਨਲ ਦੇ ਥਰੂ, ਤੁਹਾਨੂੰ ਤਾਂ ਕਿ ਨੌਲੇਜ ਮਿਲ ਸਕੇ ਕਿ ਕਿੱਦਾਂ ਪੇਪਰ ਆ ਰਿਹਾ, ਕੀ ਅਟੈਂਪਟ ਕਰਨਾ, ਕੀ ਸਾਰਾ ਕੁਛ ਆ, ਅਤੇ ਕਿਵੇਂ ਦੀ ਲੱਗੀ ਵੀਡੀਓ ਮੈਨੂੰ ਨੀਚੇ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਕਦੋਂ ਆ ਤੁਹਾਡਾ ਪੇਪਰ ਇਹ ਵੀ ਮੈਨੂੰ ਜ਼ਰੂਰ ਦੱਸਿਓ ਨੀਚੇ, ਅਤੇ ਜਿਹੜੇ ਬੱਚਿਆਂ ਨੇ ਪੇਪਰ ਕਰ ਲਿਆ ਅਤੇ ਉਹ ਕੀ ਕਰ ਰਹੇ ਨੇ ਹੁਣ, ਮੈਨੂੰ ਇਹ ਵੀ ਦੱਸਿਓ, ਕਿਉਂਕਿ ਪਿਛਲੀ ਵਾਰ ਦੀ ਤਰ੍ਹਾਂ ਇਹ ਨਾ ਹੋਵੇ ਜਿਵੇਂ ਕੁੜੀਆਂ ਦਾ ਬਹੁਤ ਬੁਰਾ ਹਾਲ ਰਿਹਾ ਟਰਾਇਲ ਦੇ ਵਿੱਚ ਪਿਛਲੀ ਵਾਰ, ਠੀਕ ਹੈ, 20 ਦੇ ਵਿੱਚੋਂ ਇੱਕ ਕੁੜੀ ਪਾਸ, 20 ਦੇ ਵਿੱਚ 2 ਕੁੜੀ ਪਾਸ, ਤਾਂ ਇੱਦਾਂ ਨਾ ਕਰੋ ਜੀ, ਠੀਕ ਹੈ, ਥੋੜ੍ਹਾ ਪੇਪਰ ਜੇ ਹੋ ਚੁੱਕਿਆ ਤਾਂ ਤੁਸੀਂ ਫਿਜ਼ੀਕਲ ਤਿਆਰੀਆਂ ਦੇ ਵਿੱਚ ਆਪਣਾ ਜੁੜ ਜਾਓ, ਠੀਕ ਹੈ, ਐਟਲੀਸਟ ਤੁਹਾਨੂੰ ਟਾਈਮ ਤਾਂ ਚਾਹੀਦੀ ਹੈ ਫਿਜ਼ੀਕਲ ਪ੍ਰੈਪਰੇਸ਼ਨ ਲਈ, ਤੁਹਾਨੂੰ ਪਤਾ ਪੰਜਾਬ ਕੁਛ ਟਾਈਮ ਨਹੀਂ ਦਿੰਦੀ, ਹਫ਼ਤਾ 10 ਦਿਨ ਹੀ ਦਿੰਦੀ ਹੈ ਰਿਜ਼ਲਟ ਤੋਂ ਬਾਅਦ, ਤਾਂ ਤੁਸੀਂ ਅਕੈਡਮੀ ਜੁਆਇਨ ਕਰੋ, ਆਪਣੀ ਅਕੈਡਮੀ ਦੇ ਵਿੱਚ ਬੈਚ ਜਿਹੜੇ ਸਟਾਰਟ ਹੋ ਚੁੱਕੇ ਨੇ, ਫਿਜ਼ੀਕਲ ਨੂੰ ਲੈ ਕੇ, ਐਗਜ਼ਾਮ ਨੂੰ ਲੈ ਕੇ, ਆਪਣੀ ਅਕੈਡਮੀ ਵਿੱਚ ਰਹਿਣਾ ਸਹਿਣਾ ਖਾਣ ਪੀਣ ਪ੍ਰੋਪਰ ਪੂਰਾ ਪ੍ਰਬੰਧ ਕੀਤਾ ਗਿਆ, ਇੱਕ ਵਾਰ ਵਿਜ਼ਿਟ ਕਰੋ, ਠੀਕ ਹੈ ਜੀ, ਪੰਜਾਬ ਪੁਲਿਸ ਫ੍ਰੀ ਟ੍ਰੇਨਿੰਗ ਅਕੈਡਮੀ, ਇਸ ਦੇ ਵਿੱਚ ਤੁਹਾਨੂੰ ਫ੍ਰੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਪੰਜਾਬ ਪੁਲਿਸ ਨੂੰ ਲੈ ਕੇ, ਨੀਚੇ ਤਾਂ ਨੰਬਰ ਹੈ 8847478213, ਅਤੇ ਜ਼ਰੂਰ ਤੁਸੀਂ ਕੰਟੈਕਟ ਕਰੋ, ਮਿਲਦੇ ਹਾਂ ਦੋਸਤੋ ਨੈਕਸਟ ਵੀਡੀਓ 'ਚ, ਨੈਕਸਟ ਟਾਈਮ ਕਰ, ਤਦ ਤੱਕ ਦੇ ਲਈ ਜੈ ਹਿੰਦ।